ਪਟੋਲਿਆਂ ਦੇ ਕੱਪੜੇ ਨੇ ਅੱਛਾ ਗੁੱਡੀ ਪਟੋਲਿਆਂ ਦੇ ਹਾਂ ਮੈਂ
ਮੈਨੂੰ ਮਿਲੇਗੀ
जी साहब जी। की नाम है तेरा? साहब जी गौरी। गौरी जी साहब जी, बहुत काम करनी है तो काम दे। जी साहब जी, ये मैं दस इस महीने किन्ने बर्तन तोड़े ने? साहब जी आई कोई दो तीन प्लेटा। 10,000 के बर्तन तोड़े ने? 10,000 तेरे अल पिछला है, पहले मैं कटांगा उस तो बाद तनखा दे छुट्टी। तब बैंक याद है ना जिदे जिदे खा के आई खतरा सेक्टरी सर, तैन तनखा चाहिए? नहीं सर, मैं गोली मारो तनखा दू, मैनू मेरा नौ दे दियो। मालकां तो नौ मंगी जा रही। मालकां ने शर्म नहीं आती, तू नौकरां कोलों उधार लई जा रहे। ओहो मैं बैंक जावांगा, मिल जाणगे। ठीक है सर, लाइन च लगो, मैं गल करनी। लाइन च लगो भाई, जिहड़ी साहब ने गल करनी है साहब से। मैं तुहाडे नाल बहुत जरूरी गल करनी है। असल च मैं तुहानूं कहना चाह रहा कि पिंडों आ रहे ने मेरे मामा जी, पिंडों आ रहे ते नाल आ रही उन्हें दित्ती। ठीक है, ते मैं तुहानूं खाला जी ला दे चले सो। ते तू बाहर आ चल। हां पता की है यार, मैनूं गल करन दियोगे कि नहीं? गल सुनो यार साहब जी, साहब जी दी गल सुन। चलो उधर चलो, फिर वापस वापस ਹੁਣ ਗੱਲ ਕੀ ਅਸਲ ਸਕੂਨ ਨਾਲ ਸੁਣ ਲੈਣਾ। ਮੈਂ ਤੁਹਾਨੂੰ ਤਿੰਨਾਂ ਨੂੰ ਇਹ ਦੱਸਣਾ ਚਾਹ ਰਿਹਾ ਕਿ ਪਿੰਡੋਂ ਆ ਰਹੇ ਨੇ ਮੇਰੇ ਮਾਮਾ ਜੀ, ਮਾਮਾ ਜੀ ਤੇ ਨਾਲ ਆ ਰਹੀ ਉਹਨਾਂ ਦਿੱਤੀ ਸਰ, ਤੇ ਗੱਲ ਇਹ ਹੈਗੀ ਹੈ ਕਿ ਮੈਂ ਤਾਂ ਉਹ ਤੇਰੀ ਭੈਣ ਨੂੰ ਮੈਨੂੰ ਕਿਉਂ ਡਿਲੀਟ ਕਰਨਾ ਹੈ? ਇਹ ਤਾਂ ਡਿਲੀਟ ਹੋ ਜਾਣਾ ਨਾ। ਆ ਚੱਲ ਤੂੰ ਇੱਥੇ ਸੇਫ ਹੋ ਜਾ, ਗੱਲ ਕਰੋ ਇੱਥੇ ਖਲੋ ਕੇ ਗੱਲ ਕਰਨੀ ਹੈ, ਹੁਣ ਨਹੀਂ ਕਿਸੇ ਨੇ ਅੱਗੇ ਆਉਣਾ। ਆ ਇੱਥੇ ਹੀ ਖਲੋਣਾ। ਪਿੰਡੋਂ ਆ ਰਹੇ ਨੇ ਮੇਰੇ ਮਾਮਾ ਜੀ, ਪਿੰਡੋਂ ਆ ਰਹੇ ਨੇ ਮਾਮਾ ਜੀ ਤੇ ਨਾਲ ਆ ਰਹੀ ਉਹਨਾਂ ਦਿੱਤੀ ਨਾਲ ਆ ਰਹੀ ਉਹਨਾਂ ਦਿੱਤੀ। अच्छा मैं अपने मुलाजम डांसर के बच्चे रख ले। वैसे सर हाँ, दुनिया के तुसी पहले मालक हो जिन्हें नौकरां तो भी सस्ती जुत्ती पाई। ये तैन पता मेरे दादे की निशानी है। अच्छा अच्छा अच्छा, तुहाडे पोतरियां तक जानी है एडी ढीठ जे। अलहमदुलिल्लाह, ना दादे पाई ते दादा नहीं रहा। हाँ जी, प्यो पाई ते प्यो नहीं रहा। हाँ जी, हुण इन्हां ने पाई अल्लाह खैर करे। कैसे तुसी मुलाजम हो, मालकां दी खैर मंगो। ताजी खैर ही मंगो, खैर होवे जी ताडी खैर। गल इह है कि अच्छा सर, पिंडो आ रहे ने ताडे मामा जी ते पिंडो आ रहे ने मामा जी, उहनां दी सेवा होएगी उहनां नूं रोटी? नहीं नहीं, उहनां दा पानी सेवा नहीं करनी। हाँ मामा जी चाहते ने कि मैं उन्होंने धी ना शादी कर लवा। अच्छा, तो अंत पता मैं इस जायदाद का कला वारस हाँ। एक करोड़ा की जायदाद में मैं दिए। हाँ जी, एक करोड़ा दी ना, एक सारी करोड़ा की जायदाद में दिए। एक करोड़ा की सारी जायदाद एडी महंगी कोठी है, मैं रात में पुटनी अगले रेड़ी तो पाकर लाई आ रही है। ਮੇਰੀ ਇਹ ਜਾਇਦਾਦ ਮੇਰੀ ਐ ਜਾਇਦਾਦ ਤੁਹਾਡੀ ਏ। ਹਾਂ ਹਾਂ, ਇਹਦੇ ਬਾਰੇ ਜ਼ਿਕਰ ਕੀਤਾ ਉਹਨਾਂ ਭੈਣ ਕੱਢ ਲੈਣੀ ਆ। ਤੈਨੂੰ ਸਮਝ ਆ ਰਹੀ ਹੈ ਕਿ ਨਹੀਂ? ਮੈਨੂੰ ਆ ਰਹੀ ਹੈ, ਕਰੋੜਾਂ ਦੀ ਜਾਇਦਾਦ ਤੁਹਾਡੀ ਹੈ ਜਨਾਬ। ਦੇਖੋ ਸਰ, ਤੁਸੀਂ ਐਵੇਂ ਗੁੱਸਾ ਕਰ ਰਹੇ ਹੋ, ਇਹ ਖੂਨ ਦੇ ਰਿਸ਼ਤਿਆਂ ਦਾ ਅਹਿਸਾਸ ਆਪਣਿਆਂ ਨੇ ਨਹੀਂ ਕਰਨਾ ਤੇ ਕਿਹਨਾਂ ਨੇ ਕਰਨਾ? ਤੁਹਾਡੇ ਮਾਮੇ ਦੀ ਧੀ ਹੈ, ਤੁਹਾਡੇ ਨਾਲ ਸ਼ਾਦੀ ਹੋ ਜਾਏਗੀ, ਪਿੰਡ ਦੀ ਔਰਤ ਹੈ, ਘਰ ਦੇ ਵਿੱਚ ਮਾਂ ਪਿਓ ਦਾ ਰਿਸ਼ਤਾ ਵੀ ਬਹਾਲ ਹੋ ਜਾਏਗਾ ਤੇ ਤੁਹਾਡੀ ਵੀ ਜ਼ਿੰਦਗੀ ਸੁੱਖ 'ਚ ਹੋ ਜਾਏ। ਹਾਏ ਨਹੀਂ, ਮੈਂ ਤਾਂ ਸ਼ਾਦੀ ਨਹੀਂ ਕਰਨਾ ਚਾਹੁੰਦਾ, ਮੈਂ ਚਾਹੁੰਦਾ ਜ਼ਿੰਦਗੀ ਦੇ ਚਾਰ ਦਿਨ ਆਸ਼ੋ ਇਸ਼ਰਤ ਮੈਂ ਗੁਜ਼ਾਰਾਂ। ਵਿਆਹ 'ਚ ਕੀ ਪਿਆ? ਵਿਆਹ ਵੀ ਕਰ ਲਾਂਗੇ। ਕਿਹੜੇ ਐਸ਼ੋ ਇਸ਼ਰਤ, ਵਿਆਹ ਕਰਾ ਲਓ, ਜਿੰਨੀ ਤੁਹਾਡੀ ਉਮਰ ਹੋ ਗਈ ਉਦੋਂ ਤੁਸੀਂ ਬਗਲਾਂ 'ਚ ਵੀ ਰੰਗ ਲਵਾਉਂਦੇ। ਹਾਲੇ ਮੇਰੀ 27 ਸਾਲ ਉਮਰ ਹੈ, ਬਾਕੀ ਦੀ ਬਾਕ। ਠੀਕ ਹੈ ਸਰ, ਮਾਮਾ ਜੀ ਇਸ ਘਰ 'ਚ ਆਉਣ ਉਹਨਾਂ ਦਿੱਤੀ ਜਾਵੇ ਨਾ ਜੀ, ਉਹਨਾਂ ਨੂੰ ਇਸ ਘਰ 'ਚ ਰਹਿਣ ਨਹੀਂ ਦੇਣਾ। ਠੀਕ ਹੈ ਸਰ, ਉਹਨਾਂ ਨੂੰ ਕੱਢ ਦੇਣਾ ਜੀ, ਇੱਥੇ ਰਹਿਣ ਨਹੀਂ ਦੇਣਾ, ਨਹੀਂ ਦੇਣਾ। ਇਹ ਬਾਤ ਹੈ, ਜੇ ਮਾਮਾ ਜੀ ਇਸ ਘਰ 'ਚ ਰਹੇ ਅੱਛਾ ਫਿਰ ਤੁਹਾਡੀ ਛੁੱਟੀ। ਨਹੀਂ 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 ਬਾਊ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਮਾ ਜੀ ਨਾ ਰਹਿਣ, ਲੇਕਿਨ ਤੁਸੀਂ ਉਹ ਤਨਖਾਹਾਂ ਜਿਹੜੀਆਂ ਨਾ ਨੌਕਰਾਂ ਦੀਆਂ ਉਹ ਦੇ ਦੇਣਾ, ਉਹ ਤਮਾਮ ਮਜ਼ਦੂਰ ਬੈਠੇ ਨੇ। ਮਿਲ ਜਾਣਗੀਆਂ ਆਪਣਾ, ਮੇਰਾ ਫੋਨ ਕਿਹਦੇ ਕੋਲ? ਫੋਨ ਮੇਰੇ ਕੋਲ ਜੀ, ਨਾ ਤੁਹਾਡਾ। ਜਲਦੀ ਜਲਦੀ, ਉਹ ਕਾਲ ਕਿਹਦੀ ਆ ਰਹੀ? ਉਹ ਤੁਹਾਡੇ ਦੋਸਤ ਦੀ ਕਾਲ ਆ ਰਹੀ। ਹੈਲੋ, ਹੈਲੋ, ਹਾਂਜੀ ਅਸਲਾਮ ਵਾਲੇਕੁਮ।
ناراض ہو گئی ہے میں بھی ہوں سیکٹری سے مل لینا شادی ہونے سے پہلے میری کچھ شرائط ہیں تو وہ میں آپ کو بتانا چاہتا ہوں بندے دو نے تے نال گریبی آ بہت اچھے بھی سارا کچھ دس دیں جان میں بعد میں کال کرتا ہوں سامان بن لو سن
ਕੁੰਕੀਆਂ ਖੋਲਣਾ ਰਹਿਣ ਚ ਓਏ ਹਈਆ ਕਰ ਓਏ ਹਰ ਗਲੀ ਚ ਲਿੱਦ ਕਰਨ ਵਾਲੇ ਆ ਓਏ ਅਦਾ ਕੀ ਤੁਸੀਂ ਹੈ ਕੋ ਤੁਸੀਂ ਮੈਨੂੰ ਡੀ ਜ਼ੋਰ ਤੇ ਮਾਰ ਗਏ ਐ ਇੰਜ ਤਾਂ ਇਹ ਸਮਝ ਲੈ ਨਹੀਂ ਕੀ ਹੈ ਕੀ ਆ ਜੀ ਮੈਂ ਠੀਕ ਹਾਂ ਓ ਹਾਂ ਜੀ ਓਏ ਹੋਏ ਡਰ ਮੈਂ ਬਾਈ ਤੇਰੀ ਫੁੱਫੀ ਦੀ ਦੀ ਹੈ ਕੀ ਆ ਜੀ ਮੈਂ ਠੀਕ ਹਾਂ ਅੱਜ ਕੋਈ ਤਬੀਅਤ ਲੱਗੀ ਇਹ ਲੱਗਦਾ ਮਸਾਲਾ ਖਾਦਾ ਨਾ ਕਰੋ ਤੁਸੀਂ ਲਿੱਦ ਪਤਲੀ ਕਰ ਲੈਣੀ ਨੀ ਕੋਈ ਨਹੀਂ ਹੁਣ ਆਸੇ ਪਾਸੇ ਇਹ ਤੇਰੀ ਬੇਬੇ ਦੇ ਖਸਮ ਬੈਠੇ ਆ ਓਏ ਪਤਲੀ ਦੇ ਬੱਚੇ ਮਾ ਗੱਲ ਕਰ ਜਿਹੜੀ ਕਰਨੀ ਹੈ ਇਹਨੂੰ ਕਹਿ ਰਹੇ ਮੈਂ ਵਜ਼ੀਰਾਂ ਦਾ ਪੁੱਤਰ ਆ ਕਿੰਨਾ ਦਾ ਵਜ਼ੀਰਾਂ ਦਾ ਇਹਨੇ ਵਜ਼ੀਰਾਂ ਦਾ ਵਜ਼ੀਰਾਂ ਤਾਈ ਦਾ ਓਏ 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 ਪਾਟੋ ਕੀ ਹੈ ਤੈਨੂੰ ਕਰ ਆਨਾ ਕੀ ਹੈ ਇਹਦਾ ਮਾਲਕ ਲੱਭੋ ਇਹਨੇ ਸਾਡੀ ਪੈਲੀ ਫਿਰ ਜਾਣੀ ਆ ਓਏ ਹਾ 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 ਜੀ ਤੁਸੀਂ ਕੌਣ ਹੋ ਮੈਂ ਅੱਛਾ ਕੌਣ ਆ ਹਾ ਇਹਦੇ ਤੇ ਮੂੰਹ ਤੇ ਖਾਮਦ ਖਾਮਦ ਨਹੀਂ ਚੜਦਾ ਤੇ ਤੁਹਾਡੇ ਵਾਲ ਖਾਮਦ ਮੂੰਹ ਤੇ ਚੜਦਾ ਹੈ ਓਏ ਤੁਸੀਂ ਮੈਨੂੰ ਨਹੀਂ ਜਾਣਦੇ ਬਾਗਲਾ ਪੈਂਡੂ ਬੰਦਾ ਦੇ ਕੋਲੋਂ ਕੋਈ ਵੱਡਿਆਂ ਕੋਲੋਂ ਗੁਰ ਦੀ ਗੱਲ ਪੁੱਛੀ ਦੀ ਹੈ ਹਾ ਚਾਚੇ ਇੱਕ ਜਾਤੀ ਦੀ ਗੱਲ ਪੁੱਛੋ ਤੁਸੀਂ ਗੁੱਸਾ ਤੇ ਨਹੀਂ ਕਰੋਗੇ ਨਹੀਂ ਉਹ ਜਦੋਂ ਤੁਸੀਂ ਖੁਰ ਸੁੰਘ ਕੇ ਬੁੱਲ ਚੁੱਕਦੇ ਹੋ ਉਦੋਂ ਕੀ ਹੁੰਦਾ ਓਏ ਉਦੋਂ ਇੱਥੇ ਮਤ ਮੈਂ ਤਾਕਤਵਾਰ ਆਦਮੀ ਆ ਹਾਂ ਇੰਨੀ ਤਾਕਤ ਤੇ ਅਗਲੇ ਧੁੰਦਾਂ ਚ ਬਾਹਰ ਬੰਨਦੇ ਨੇ ਨਾ ਮੈਂ ਵੀ ਇੱਕ ਪਰਸਨਲ ਸਵਾਲ ਪੁੱਛਾਂ ਪੁੱਛਾਂ ਹੈ ਉਹ ਲਿੱਦ ਕਰਕੇ ਜਦੋਂ ਕੈਮਰਾ ਜਿਹਾ ਕੱਢਦੇ ਉਦੋਂ ਵੀ ਭੱਜ ਜਾਂਦੀ ਆ ਮੈਨੂੰ ਜਾਣਦੇ ਮੈਂ ਕੌਣ ਆ ਨਹੀਂ ਸਰ ਅਸੀਂ ਤੁਹਾਨੂੰ ਜਾਣਦੇ ਨਹੀਂ ਤੁਸੀਂ ਆਂਦੇ ਆ ਬਦਤਮੀਜ਼ੀ ਕੀਤੀ ਹੈ ਆ ਕੇ ਉਹ ਬੱਚੇ ਨਾਲ ਵੀ ਤੇ ਹੈ ਉਹ ਨਾਲ ਵੀ ਇਸ ਘਰ ਦਾ ਮਾਲਕ ਹੈ ਬਹੁ ਆਮਰ ਭਾਈ ਇਮਰਾਨ ਬਹੁ ਇਮਰਾਨ ਜੀ ਉਹਦਾ ਮੈਂ ਸੱਕਾ ਮਾਮਾ 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 ਤੂੰ ਉਹ ਹਰਕਤਾਂ ਕਰ ਰਿਹਾ ਕਿ ਜਿਹੜੀਆਂ ਵਿਲਨ ਕਰਦੇ ਨੇ ਵਿਲਨ ਤੇਰੇ ਉੱਤੇ ਬਹਿ ਕੇ ਆਉਂਦੇ ਨੇ ਆਏ ਆਇਆ ਬਚਪੜੀਆ ਓਹੋ ਹਰਕਤਾਂ ਸਨ ਤੇ ਤੂੰ ਨਾ ਇਹ ਹੋਇਆ ਜਦੋਂ ਦਾ ਤੈਨੂੰ ਵੇਖਿਆ ਦੀਵਾਨਾ ਹੋ ਗਿਆ ਪਾਗਲ ਖਾਨਾ ਹੋ ਗਿਆ ਇੱਕ ਨਿੱਕੀ ਦੁਆਨੀ ਚ ਵੱਡਾ ਜਿਹਾ ਨਾ ਹੋ ਵੈਸੇ ਮਾਮਾ ਜੀ ਜਿਸ ਤਰ੍ਹਾਂ ਦੇ ਤੁਸੀਂ ਆ ਜੇ ਤੁਹਾਡੇ ਤੇ ਇਹ ਹਿਰਵਨ ਨਾਲ ਦਾਣਾ ਬਣ ਜੇ ਹਾਏ ਤੁਸੀਂ ਉੱਠੋ ਜੀ ਹਾਂ ਸਮਝੋ ਮਰੀ ਖਲੋਤੇ ਹੋ ਹਾਂ ਤੂੰ ਸਹਿਮਾ ਤੇ ਮਾਮਾ ਸ਼ਾਨ ਸ਼ਾਨ ਇਹਨਾਂ ਨੇ ਹੱਥਾਂ 'ਚ ਹੱਥ ਪਾ ਕੇ ਕਿਹਾ ਤੱਕ ਵੇ ਤੂੰ ਡੋਲੋ ਮੇਰੀ ਗੁੱਲੀਆਂ ਦਾ ਸੱਕ ਵੇ ਦੱਸ ਵੇ ਦਾਣਾ ਖਾਏਗਾ ਕਿ ਫੱਕ ਵੇ ਵੇਖੇ ਘੋੜੇ ਤੋਂ ਗੁੱਸਾ ਕਰਦਾ ਹੀ ਪਰ ਭਰਾਈਓ ਅੱਜ ਪਾ ਕੇ ਉਹ ਖੁਸ਼ ਨਵੀਆਂ ਖੁਰੀਆਂ ਲਵਾਈਆਂ ਅੱਛਾ ਰਾਹ ਵਾਲੀ ਦਾ ਕੀ ਕਰਾਇਆ 20 ਰੁਪਏ ਉਫ ਮਾਈ ਕਾਪ ਉਹ ਦਾਬੜਾ ਫੜੋ ਲੈ ਤੇ ਫਸ ਗਏ ਜੀ ਆਪਣਾ ਪੈਸਾ ਤੁਸੀਂ ਹੈ ਮਾਮੂ ਜੀ ਉਹ ਤੁਹਾਡੇ ਨਾਲ ਕੱਲ ਕੋਈ ਆਇਆ ਕਿ ਕੱਲੇ ਹੀ ਆਇਓ ਨਹੀਂ ਨਹੀਂ ਇੱਥੇ ਬੈਠੋ ਮੈਨੂੰ ਇੱਕ ਗੱਲ ਦੱਸੋ ਤੁਸੀਂ ਆ ਬੱਚੇ ਨੂੰ ਵੀ ਚਪੇੜਾ ਮਾਰੀਆਂ ਇਹ ਖਤੂਨ ਨਾਲ ਵੀ ਬਦਤਮੀਜ਼ੀ ਕੀਤੀ ਜਦੋਂ 1.5 ਲੀਟਰ ਦੀ ਖਾਲੀ ਬੋਤਲ 'ਚ ਬਜਰੀ ਪਾ ਕੇ ਖੜਕਾਈਏ ਉਦੋਂ ਕੀ ਹੁੰਦਾ ਓਏ ਉਦੋਂ ਹੀ ਤੇ ਮਜ਼ਾ ਐ ਬਦਤਮੀਜ਼ੀ ਕਰੇ ਇਹਨੂੰ ਦੱਸ ਦੇ ਮੈਂ ਕੌਣ ਆ ਨਹੀਂ ਨਾ ਪਤਾ ਮੁਲਾਜ਼ਮ ਹੈ ਸੈਕਟਰੀ ਹੈ ਬੌਜੀ ਬੌਜੀ ਦੇ ਨੇ ਫੈਕਟਰੀ ਹਾਂ ਅੱਛਾ ਹਾਂ ਬਈ ਆਪਣਾ
ਮਾਮਾ ਜੀ ਅਰੇ ਕਿੱਥੇ ਵੇ ਹੋ ਮਾਮਾ ਜੀ ਤੁਸੀਂ ਆਏ ਗਏ ਆਇਆ ਹੋ ਪੁੱਤਰ ਆ ਗਿਆ ਮੈਂ ਮਾਮਾ ਜੀ ਤੁਸੀਂ ਮੈਨੂੰ ਮਿਲੇ ਹੋ ਮੈਨੂੰ ਮੇਰੀ ਮਾਂ ਯਾਦ ਆ ਗਈ ਆਏ ਤੂੰ ਮਿਲਿਆ ਤਾਂ ਮੈਨੂੰ ਮੇਰੀ ਭੈਣ ਯਾਦ ਆ ਗਈ ਹੈ ਤੇ ਤੇਰੀ ਭੈਣ ਕਿੱਥੇ ਵੇ ਮਾਮਾ ਜੀ ਮੈਨੂੰ ਇਹ ਦੱਸੋ ਆਪਣਾ ਨੌਕਰਾਂ ਨੇ ਕੋਈ ਮਾਮਾ ਜੀ ਕੋਲ ਮਕਸਦ ਪੁੱਛੋ ਸ਼ਹਿਰ ਆਏ ਕਿੱਧਰ ਨੇ ਮੈਂ ਪੁੱਛਣਾ ਵਾ ਪਹਿਲੇ ਦੱਸੋ ਕੋਈ ਖਿਦਮਤ ਕੀਤੀ ਹੈ ਮਾਮਾ ਜੀ ਇੰਨੀ ਖਿਦਮਤ ਕੀਤੀ ਹੈ ਸਰਵਸ ਵਾਲਿਆਂ ਦੇ ਟਿੱਕੇ ਨਾ ਚੰਪਾ ਮੈਨੂੰ ਐਡੀਆਂ ਲੰਬੀਆਂ ਐਡੇ ਮੈਂ ਕਹਿ ਰਿਹਾ ਮਾਮਾ ਜੀ ਹੈਸ਼ ਕਪੀ ਦੇ ਰਾਤਾਂ ਤੇ ਰਹਿ ਹੀ ਗਿਆ ਕਾਰੋਬਾਰ ਤੇਰੇ
ਸ਼ਹਿਦ ਹੋ ਜਾਵਨ ਜਿਨ੍ਹਾਂ ਲਾ ਕੇ ਤੋੜ ਨਿਭਾਉ ਨੀ ਵੇ ਤੇਰੀ ਕੀ ਮਜਾ ਲਾ ਕੇ ਨਾ ਨਿਭਾਵੇਂ ਮੇਰੇ ਨਾਲ
ਭਲਾ ਕਰਾ ਰਿਹਾ ਕਿ ਮੈਨੂੰ ਘਰ ਮਿਲਜੀ ਤੇ ਨਹੀਂ ਪੈ ਰਹੀ। ਹੁਣ ਅੱਗੇ ਉਹ ਕੀ ਕਰਨਾ ਜੀ, ਸਾਹਿਬ ਜੀ ਅੱਜ ਫੇਰ ਆਰਡਰ ਹੈ ਕਿ ਕੋਈ ਵੀ ਇਸ ਘਰ ਦੇ ਵਿੱਚ ਵੜਿਆ ਤੇ ਲੱਤਾਂ ਤੋੜ ਦੇਵਾਂਗਾ। ਮਾਮਾ ਕਿੱਥੇ ਦੇ? ਮਾਮੇ ਨੂੰ ਕਿਲੇ ਕੱਟਣਾ ਕਿਵੇਂ ਜੇ ਇਹਨੂੰ? ਮੈਂ ਤੇ ਕਹਿੰਦਾ ਕਿ ਤੂੰ ਜਾ, ਆ ਥੋੜੇ ਸਾਰੇ ਪੱਠੇ ਲਿਆ ਤੇ ਇਹਨੂੰ ਵਿਖਾਂਦਾ ਵਿਖਾਂਦਾ ਘਰੋਂ ਬਾਹਰ ਲਾਈਏ ਤੇ ਅਸੀਂ ਕੁੰਡੀ ਲਾ ਦਿੰਦੇ। ਓਏ ਜੀ ਸੱਕ ਬਾਲਣ ਵਾਲੀ ਇਹ ਫੂਕਣੀ ਏ। ਲੋ ਤੁਹਾਡੀਆਂ ਹੀ ਖੈਰਾਂ ਮੰਗ ਰਹੇ ਸਾਂ। ਓਏ ਅੰਦਰ ਨਾ ਕੋਈ ਰੋਟੀ, ਨਾ ਕੋਈ ਪਾਣੀ, ਨਾ ਕੋ ਮੇਰੇ ਨਾਸ਼ਤੇ ਦਾ ਇੰਤਜ਼ਾਮ। ਮਾਮਾ ਜੀ ਉਹ ਮਜ਼ਦੂਰ ਆ ਰਿਹਾ ਸੀ ਕਿ ਪਹਿਲੇ ਖੁਰਲੀ ਬਣਾ ਲਈਏ ਫਿਰ ਉਹਦੇ ਵਿੱਚ। ਆ ਗੱਲ ਤਾਂ ਬਿਲਕੁਲ ਤੇਰੀ। ਅੱਛਾ ਮਾਮਾ ਜੀ ਤੁਹਾਡੀ ਭੈਣ ਦਾ ਘਰ ਹੈ? ਆਹੋ। ਤੇ ਮੈਂ ਸੁਣਿਆ ਕਿ ਭੈਣਾ ਘਰ ਭਰਾ ਅਬਰ ਸ਼ੇਰ ਹੁੰਦੇ ਨੇ। ਹੈ ਆ ਭੈਣਾ ਦੇ ਘਰ ਭਰਾ ਸ਼ੇ ਭੌਂਗਾ ਨਾਲੇ। ਆ ਮੈਂ ਕਿਹਾ ਜੀ ਇਹ ਤੁਹਾਡੀ ਹੈ, ਇਹ ਤੇਰੀ ਮਾਂ ਹੈ? ਮਾਂ ਨਹੀਂ, ਇਹ ਨੁਕਰਾਣੀ ਹੈ, ਇਹ ਤੁਹਾਡੀ ਨੂੰਹ ਹੈ। ਓਏ ਤੇਰੀ ਮਾਂ ਹੈ, ਤੁਹਾਨੂੰ ਪੋਤਰਾ ਨਹੀਂ ਚਾਹੀਦਾ? ਤੈਨੂੰ ਛੋਟਾ ਭਰਾ ਜ਼ੁਲਫੀ ਨਹੀਂ ਚਾਹੀਦਾ? ਸ਼ਾਦੀ ਹੋਈ ਨੀ ਤੇ ਬਹਿੜੇ ਮੰਗਾ ਵੀ ਲੈ। ਪਹਿਲੀ ਵਾਰੀ ਸ਼ਾਦੀ ਹੋਣੀ ਤੇ ਵੱਡਾ ਗੋਸ਼ਤ ਕਰੇਗਾ। ਮੈਂ ਵੱਡਿਆਂ ਦਾ
ਮੈਂ ਵੱਡਿਆਂ ਦਾ ਗੁਸਤਾਖ ਨਾ ਸਕਦਾ। ਮੈਨੂੰ ਮਾਫ ਕਰ, ਮੈਨੂੰ ਮਾਫ ਕਰ, ਮੈਂ ਪੈਰੀ ਪੈਣਾ ਤੇਰੇ। ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰਨਾ, ਮੈਨੂੰ ਮਾਫ ਕਰਨਾ, ਮੈਨੂੰ ਮਾਫ ਕਰਨਾ। ਪੈਰੀ ਪੈਂਦਿਆਂ ਤੋਂ ਫੇਰ ਕੰਡਰਾ ਕਰ ਮੇਰਾ। ਹਾਏ ਮੈਨੂੰ ਹੱਥ ਆ ਦਿੱਤਾ ਇਹਨੇ, ਹੱਥ ਆ ਦਿੱਤਾ।
ਅਸਲਾਮੁਅਲੈਕੁਮ ਕਿਉਕੋ ਅਸਲਾਮੁਅਲੈਕੁਮ ਕੰਨ ਚਪਕੋ ਅਸਲਾਮੁਅਲੈਕੁਮ ਕੰਨ ਚਪਕੋ ਚਪਕੋ ਤਿਲਕਾ ਅੰਦਰੀਕਾ ਕੀ ਕੁਝ ਵੀ ਕਹਾਂ ਕੀ ਵੀ ਕਹਾਂ
ਜਾ ਰਹੇ ਮੈਂ ਪਿੰਡੋਂ ਆਇਆ ਰਾਜਾ ਮਰਾਨ ਦਾ ਕਜ਼ਨ ਰਾਜਾ ਔਰ ਰਾਜਾ ਹਾਂ ਔਰ ਰਾਜਾ ਨਹੀਂ ਆ ਮੈਂ ਪਾਪੜ ਮਾਂ ਤੇਰੀ ਸਲੰਟੀ ਏ ਔਰ ਰਾਜਾ ਉਹ ਪਿੰਡ ਜਿੰਨੇ ਵੀ ਰਾਜੇ ਹੁੰਦੇ ਨੇ ਨਾ ਪਤਾ ਕਰ ਕੌਣੀ ਚੱਲ ਚੰਗੀ ਲੜਾਈ ਕਰਾਉਣ ਲੱਗਾ ਪਤਾ ਕਰ ਚਾਰ
ਖਰਚਾ ਬਰਦਾਸ਼ਤ ਕਰ ਲੈ ਬਸ ਇੱਕ ਦੋ ਸਾਲ ਹੀ ਤੇਰੇ ਪੁੱਤਰ ਨੂੰ ਪੈਂਪਰ ਲੱਗਣੇ ਨੇ
ਮਾਮਾ ਮੈਂ ਆਇਆ ਪਿੰਡਾ ਵਿਆਹ ਕਰਨ ਮੈਂ ਲੈਣੀ ਹੈ ਮੇਰੀ ਵੀਡੀਓ ਚਲੋ ਅੰਦਰ ਮੇਰੀ ਦੋਸਤ ਆਈ ਹੈ ਅੰਦਰ ਚਲੋ ਮਾਮਾ ਜੀ ਮਾਮਾ ਜੀ ਇਹ ਕੌਣ ਹੈ ਇਹ ਕਿ ਮੇਰੇ ਮਾਮੂ ਹੈ ਮਿਸਟਰ ਗੋੜਾ ਅੱਛਾ ਮੈਂ ਸੱਚ ਕਹੀ ਬੇਟੀਆਂ ਹੈ ਓ ਹਾਈ ਮੈਂ ਸੱਚ ਕਹੀ ਇੱਧਰ ਤੇ ਕਮਿਆਰੀ ਡਰਾਮਾ ਵੇਖਣਾ ਹੈ ਰੇ ਭਾਈ ਚਲੋ ਮਾਮੇ ਚਲੋ ਵੇਖ ਲੈ ਇੱਥੇ ਕੁੜੀਆਂ ਨੂੰ ਜੱਫੀਆਂ ਪਾਉਂਦਾ ਫਿਰਦਾ ਤੈਨੂੰ ਤੰਗ ਹੈ ਤੂੰ ਤੇਰੀ ਮੇਰੀ ਸੁਲਾ ਸੁਲਾ ਤੇਰੀ ਮੇਰੀ ਤੇਰਾ ਮੇਰਾ ਮਜ਼ਾਕ ਹੈ ਕਿਉਂ ਕਰਦੇ ਆ ਨਿਕਲ ਜੋ ਮਮਾ ਜੀ ਤੋਂ ਨਹੀਂ ਆਦਤ ਕਰ ਗਏ ਚਲੋ ਓਏ ਚਲੋ ਇਹਦਾ ਮੇਰਾ ਹੁਣ ਹੈ ਵਿਆਹ ਹਾਂ ਠੀਕ ਹੈ ਮੇਰੀ ਲਈ ਤਰੀਫਾਂ ਕਰੋ ਜਿੰਨੀਆਂ ਕਰ ਸਕਦੇ ਹੋ ਅੱਛਾ ਤਰੀਫਾਂ ਕਰੀਏ ਆਹੋ ਆਹ ਬਾ ਠੀਕ ਹੈ ਜਿਹੜੀ ਵੀ ਮੈਂ ਤਰੀਫ ਕਰਾਂ ਅੱਛਾ ਤੂੰ ਕਹੀ ਠੀਕ ਕਹਿ ਰਿਹਾ ਠੀਕ ਕਹਿ ਰਿਹਾ ਫਸਣੀ ਚਾਹੀਦੀ ਜਲਦੀ ਕਰ ਮੈਂ ਕਹਿੰਦਾ ਮੈਂ ਤਾਂ ਫਸਾ ਕੇ ਸੌਂ ਜਾਣਾ ਸੌਰੀ ਇੱਕ ਵਾਰੀ ਮੈਂ ਹੈਲੋ ਹਾਈ ਕਰ ਲਵਾਂਗਾ ਅਸਲਾਮੁਅਲੈਕਮ ਕਿਧਰ ਹੈ ਵਾਲੇਕਮ ਸਲਾਮ ਹਾਂ ਜੀ ਕੈਸੀ ਆ ਇਹ ਟਰੋਜ਼ਰ ਸ਼ਰਟ ਵਾਲਾ ਲੜਕਾ ਦੇਖ ਰਹੀ ਹੋ ਹਾਂ ਦੇਖ ਰਹੀ ਹੋ Chun chun.
جان؟ ہاں میری جان ہے، وہی جان ہے جو مجھے کہہ رہے تھے آپ کے لیے جان بھی حاضر ہے۔ بس مصروف ترین آدمی نے جی سامنے آنا ہوتا پرسنالٹی بنانی پی اس کلر کی شرٹ چھتی لڑنے چ لب نہیں مل جاتی بھی سارے پراواں لئی جڑے سر تو گنجے نے ہاں
ਆ ਤੇ ਸਾਡਾ ਵੀ ਪੀ ਬਚਿਆ ਹੈ ਨਾ, ਡਿੱਟੇ ਪੈ ਆਠਾਉਂਦਾ ਕੋਈ ਨਹੀਂ, ਆਏ 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 ਰੁੱਸੇ ਪੈ ਆ ਮਨਾਉਂਦਾ ਕੋਈ ਨਹੀਂ, ਤੁਹਾਡੀਆਂ ਮਸੰਮੀਆਂ ਤੜਾ ਤੜ ਵੇਖਦੀਆਂ ਸਾਡੇ ਕੇਲੇ ਖਾਂਦਾ ਕੋਈ ਨਹੀਂ। ਮੈਨੂੰ ਬੜਾ ਪਿਆਰਾ ਲੱਗਦਾ, ਆ ਕਿਤੇ 10 ਮਿੰਟ ਦਿਓ ਨਾ ਇਹਨੂੰ, ਮੈਂ ਤੁਹਾਡੇ ਚੋਂ ਫੇਰ ਜੰਮਾ। ਪਹਿਲਾਂ ਮੇਰਾ ਸਹੀ ਨੀ ਨਾ ਆਇਆ, ਤੇ ਤੁਸੀਂ ਮੇਰਾ ਹੀ ਕੋਰਸ ਪੂਰਾ ਕਰਾ ਦਿਓ ਨਾ, ਗੁਲਾਬ ਦੇ ਫੁੱਲਾਂ ਵਰਗਾ ਹਾਰ ਕੋਈ ਨਹੀਂ, ਇਹਦੇ ਵਰਗੀਆਂ ਲੱਖਾਂ ਔਰਤਾਂ ਕਰਨ ਪਿਆਰ ਪਰ ਯਾਰੋ ਮਾਂ ਵਰਗਾ ਪਿਆਰ। ਕੱਲ 5 ਵਜੇ ਤੁਸੀਂ ਮੀਨਾਰੇ ਪਾਕਿਸਤਾਨ ਆ ਜਾਣਾ, ਅੱਛਾ ਜੀ, ਉੱਥੋਂ ਮੈਂ ਤੁਹਾਨੂੰ ਧੱਕਾ ਦੇਣਾ। ਮਰਦਾ ਕਹਿ ਗਿਆ।
ਸਾਡੇ ਚੱਲਿਆ ਇੰਨਾ ਪੜ ਕੇ ਫਿਰ ਤੂੰ ਪੜ੍ਹਨੇ ਪੈ ਲੜਾਈ ਹੁੰਦੀ ਹੈ। ਹਾਂਜੀ ਬੁਲਾ ਸਟੇਫਨ ਨੂੰ।
ਦੀ ਗੱਲ ਕਰ ਰਹੇ ਹੋ? ਇੱਥੇ ਕਦੀ ਕਿਸੇ ਨੂੰ ਹੱਕ ਨਹੀਂ ਮਿਲਿਆ। ਅੱਛਾ ਜੀ ਚਲੋ ਮੈਂ ਬੁਲਾ ਦਿੰਦਾ, ਤੁਸੀਂ ਇਸ ਮਾਰ ਕੇ ਵੇਖ ਲਓ ਜੀ ਤੁਹਾਨੂੰ ਹੱਕ ਲਾ ਦਿੰਦਾ। ਇਮਰਾਨ ਸਾਹਿਬ ਅੱਛਾ ਜੀ ਤੂੰ ਤੇ ਇੱਥੇ, ਮੈਂ ਤੈਨੂੰ ਮਨਾ ਕੀਤਾ ਸੀ ਕਿ ਅੱਜ ਤੋਂ ਬਾਅਦ ਮੈਨੂੰ ਮਿਲਣ ਨਾ ਆਈ, ਤੂੰ ਇੱਥੇ ਕੀ ਲੈਣ ਆਈ ਹੈ? ਜਾਨੇ ਮਨ ਇੰਨੀਆਂ ਰਾਤਾਂ ਗੁਜ਼ਾਰਨ ਤੋਂ ਬਾਅਦ ਵੀ ਤੂੰ ਇਮਰਾਨ ਨੂੰ ਪਹਿਚਾਣ ਨਹੀਂ ਸਕੀ। ਇਮਰਾਨ ਨੇ ਆਪਣੇ ਡਰਾਇੰਗ ਰੂਮ 'ਚ ਕਦੀ ਮੁਰਝਾਏ ਹੋਏ ਫੁੱਲ ਨਹੀਂ ਸਜਾਏ। ਜਾ ਤੇਰੇ ਲਈ ਕੋਈ ਜਗ੍ਹਾ ਨਹੀਂ, ਚਲੀ ਜਾ ਇੱਥੋਂ। ਕਹਿੰਦੇ ਨੇ ਝੂਠ ਹੈ, ਤੇਰੇ ਹੱਥ ਨੇ ਕੀ ਕੁਛ ਨਹੀਂ ਛੱਡਿਆ, ਇੱਥੇ ਤੱਕ ਕਿ ਆਪਣਾ ਮਾਪੇ ਵੀ ਛੱਡ ਦਿੱਤਾ। ਵਾਹ, ਮੇਰੀ ਖਾਤਰ ਤੂੰ ਆਪਣੇ ਮਾਪੇ ਛੱਡ ਦੇ। ਜਿਹੜੀ ਮੇਰੀ ਖਾਤਰ ਆਪਣੇ ਮਾਪੇ ਛੱਡ ਸਕਦੀ ਹੈ, ਕੱਲ੍ਹ ਕਿਸੇ ਹੋਰ ਦੀ ਖਾਤਰ ਮੈਨੂੰ ਵੀ ਛੱਡ ਸਕਦੀ ਹੈ। ਜਾ ਚਲੀ ਜਾ ਇੱਥੋਂ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਸਹੀ ਇਸਤੇਮਾਲ ਕਰਨਾ ਵੀ ਸਿੱਖੋ, ਜੇ ਸਹੀ ਇਸਤੇਮਾਲ ਕਰੋਗੇ ਤੇ ਰੱਬ ਤੁਹਾਨੂੰ ਹੋਰ ਦੌਲਤ ਦੇਗਾ, ਜੇ ਗਲਤ ਇਸਤੇਮਾਲ ਕਰੋਗੇ ਤੇ ਉਹਦਾ ਅੰਜਾਮ ਮੇਰੇ ਵਾਂਗੂ ਹੋਏਗਾ। ਮੇਰੇ ਮਾਮਾ ਜੀ ਮੈਨੂੰ ਮਾਫ ਕਰ ਦਿਓ, ਤੁਸੀਂ ਜਿੱਤ ਗਏ ਤੇ ਮੈਂ ਹਰ ਗਿਆ। ਮਾਮਾ ਜੀ ਹਰ ਗਿਆ, ਠਹਿਰ ਜਾ, ਕਿਧਰੇ ਮੇਰੇ ਘੱਟ ਗਏ ਨਹੀਂ, ਹਰ ਗਿਆ। ਓਏ ਮਾਫੀ ਮੰਗਣੀ ਆ ਤੇ ਇਸ ਨਮਾਨੀ ਕੋਲੋਂ ਮੰਗ। ਓਏ ਜਿਹਦਾ ਤੂੰ ਮੁਜਰਮ ਹੈ, ਇਹ ਤੈਨੂੰ ਮਾਫ ਕਰ ਦਿੱਤਾ ਤੇ ਮੇਰਾ ਤੇ ਦਿਲ ਤੇਰੇ ਲਗਾਉਣ ਦੀ ਸਾਫ ਹੈ। ਮੈਂ ਤੇਰੇ ਕੋਲੋਂ ਬਹੁਤ ਸ਼ਰਮਿੰਦਾ ਹਾਂ, ਮਾਫੀ ਮੰਗ ਕੇ ਮੈਨੂੰ ਛੋਟਾ ਨਾ ਕਰ। ਔਰ ਮੈਨੂੰ ਇਹ ਦੱਸੋ, ਤੇਰੀ ਇਹ ਬੇਗੈਰਤ ਹਰਕਤ ਦੇ ਨਾਲ ਹੁਣ ਮੇਰੀ ਧੀ ਨਾਲ ਸ਼ਾਦੀ ਕੌਣ ਕਰੇਗਾ? ਕੌਣ ਕਰੇਗਾ? ਮਾਮਾ ਜੀ ਤੇਰੀ ਐਨਕ ਤੇ ਠੀਕ ਕਰਾ ਪਹਿਲਾਂ। ਤੁਹਾਡੀ ਧੀ ਨਾਲ ਵਿਆਹ ਕੌਣ ਕਰੇਗਾ? ਮਾਮਾ ਜੀ ਫਿਕਰ ਨਾ ਕਰੋ, ਤੁਹਾਨੂੰ ਨਾਨਾ ਮੈਂ ਹੀ ਬਣਾਵਾਂਗਾ।
ਬਕਵਾਸ ਬੰਦ ਕਰ ਓਏ ਚਲੋ ਓਏ ਤੁਸੀਂ ਮਸੱਲੀ ਤੇ ਅਸੀਂ ਬਲੋਚ ਕੋਈ ਗੱਲ ਨਹੀਂ ਊਂਡ ਤੇ ਬਹਿ ਕੇ ਢੋਲਕੀ ਵਜਾ ਲਾਂ ਕਰਾਂਗੇ ਮਾਮਾ ਜੀ ਘਰ ਦੀ ਗੱਲ ਘਰ 'ਚ ਰਹਿ ਜਾਏਗੀ ਇਹ ਵੀ ਤੁਹਾਡਾ ਭਲੇਵਾਂ ਹੀ ਲੱਗਦਾ ਮੰਨ ਜਾਓ ਮੈਂ ਤੁਹਾਡਾ ਭਲੇਵਾਂ ਓਏ ਇਹਨੂੰ ਨਾ ਕਹੋ ਭਲੇਵਾਂ ਇਹਦੀ ਮਾਂ ਪਹਿਲਾਂ ਮੇਰੀ ਮੰਗੇਤਰ ਸੀ ਚਲੋ ਨਹੀਂ ਚਾਹ ਤੇ ਤਾਈ ਮੇਰੇ ਨਾਲ ਬਣ ਗਏ ਓਏ ਕੁੱਤੇ ਦੇ ਪੁੱਤਰ ਮਾਮਾ ਜੀ ਉਹਨੂੰ ਵੀ ਮਾਫ ਕਰ ਦਿਓ ਨਹੀਂ ਓਏ ਸੋ ਬੰਦੇ ਫੈਮਿਲੀ ਮੈਂਬਰ ਦਾ ਬਣ ਸਾਡਾ ਸਿਆੜੇ ਕਹਿੰਦੇ ਨੇ ਅੱਛਾ ਰਹਿਣ ਦਿੱਤਾ ਸਿਆੜੇ ਕਹਿੰਦੇ ਨੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆਈਏ ਤੇ ਸਮਝੋ ਲੁਟਾਂਗਾ ਨਹੀਂ ਲੱਭਾ ਮਾਮਾ ਜੀ ਮੇਰਾ ਖਿਆਲ ਹੈ ਸਾਡੀ ਨੂੰ ਹੀ ਨੱਚਣਗੀ ਪਰ ਠੀਕ ਹੈ ਮਾਮਾ ਜੀ।